सब्सक्राइब करो निडर आवाज टीवी नू ते ताज़ा वीडियोस पाउन लई बैल दा बटन दबाओ। श्रीम मुक्तसर साहब की जेल चों वड्डी खबर आई सामने। जिला तरन तारण के पिंड नारला दे 39 साल व्यक्ति का मुक्तसर साहब की जेल च कतल कर देने का परिवारक मैंबर ने लाया दोष। जिला तरन तारण अधीन आउंदे पिंड नारला का वासी अवतार सिंह पुत्र दर्शन सिंह जो कि बीते 8-9 महीनों तो ड्रग के केस विच जेल विच सज़ा भुगत रहा सी, जो कि पहला पट्टी जेल विच सी अते करोना वायरस के प्रकोप के कारण पट्टी जेल नू क्वारंटाइन जेल विच तब्दील करदिया पुलिस प्रशासन वालों पट्टी जेल के सारे कैदियों नू श्री मुक्तसर साहब की जेल विच शिफ्ट कर दिता गया सी। अवतार सिंह नू भी श्री मुक्तसर साहब जेल विच ही रख्या गया सी कि अचानक मुक्तसर साहब की जेल विचों प्रशासन वालों अवतार सिंह दे परिवारक मैंबरां नू अवतार सिंह की मौत बारे जानकारी दी जाती है। तो जदों परिवारक मैंबर लाश लैन मुक्तसर साहब पहुँचते हैं तो उन्होंने व्यक्ति की मौत का कारण नहीं दसिया जाता, जिस नाल मुक्तसर जेल प्रशासन शक के घेरे में आ जाता है। की है सारा मामला, आओ देखते हैं ये विशेष रिपोर्ट। ये जिहड़ी लड़के की डैथ हुई है जेल दे विच किस तरह हुई है? ये उन्हें दस्सिया ही नहीं, सानू घंटा पहला दस्सिया फिर फोन आ गया। किन्ना चिर हो गया तुहाडे लड़के नू जेल दे विच? 9-10 महीने हो गए। ते कोई पहला वगैरह कोई फोन करके उन्होंने जानकारी दी होए मेरा कोई झगड़ा आया जां? ना पहला कोई नहीं। तो तुहानू की कोई शक है भी इहदा कोई कतल होया? शक होया वे असल च अज सट लाई नाले नवक्की पाड़ी पुलिस वाले ने लाई सट। ਕਿਹੜੀ ਜੇਲ ਦੇ ਵਿੱਚ ਮਾਤਾ ਜੀ? ਮੁਕਤਸਰ। ਅੱਛਾ ਮੁਕਤਸਰ, ਉੱਥੇ ਕਿੰਨੇ ਚਿਰ ਤੋਂ ਆਏ? ਉੱਥੇ ਗਏ ਨੂੰ ਹੋ ਗਏ 1.5 ਮਹੀਨਾ। ਠੀਕ ਹੈ। ਇਹ ਜਿਹੜਾ ਲੜਕਾ ਜੀ ਦੀ ਡੈਥ ਹੋਈ ਹੈ ਕੀ ਲੱਗਦਾ ਸੀਗਾ ਆਪਣਾ? ਕਿਸ ਤਰ੍ਹਾਂ ਜਿਹੜੀ ਉਹ ਡੈਥ ਹੋਈ ਹੈ ਜੀ? ਡੈਥ ਹੀ ਲੜਾਈ ਹੋਈ ਇੰਦਰਾ ਦੀ, ਇਹਨੂੰ ਮਾਰਿਆ ਗਿਆ ਨੂੰ। ਕਿਹੜੀ ਜੇਲ 'ਚ ਸੀਗਾ? ਇਹ ਮੁਕਤਸਰ। ਪੱਟੇ ਦੀ ਇੱਕ ਵੱਖੀ 'ਚ ਕੋਈ ਮਾਰਿਆ, ਇੱਕ ਸਿਰ 'ਚ ਹਰੇ। ਪ੍ਰਸ਼ਾਸਨ ਨੇ ਕੋਈ ਜਾਣਕਾਰੀ ਦਿੱਤੀ ਸੀ ਇਹਦੇ ਸੰਬੰਧ ਵਿੱਚ ਤੁਹਾਨੂੰ? ਨਹੀਂ ਜੀ, ਕੋਈ ਨਹੀਂ। ਅਤੇ ਉੱਥੇ ਜਿਹੜੇ ਜੇਲ੍ਹ ਸੁਪਰਡੈਂਟ ਸੀਗਾ ਉਹਨੇ ਤੁਹਾਨੂੰ ਕੀ ਜਿਹੜਾ ਵਿਸ਼ਵਾਸ ਸੀਗਾ ਦਵਾਇਆ ਹੈ? ਉਹਨਾਂ ਨੇ ਕਿਹਾ ਬਿਲਕੁਲ ਸਹੀ ਆ, ਤੁਸੀਂ ਇੱਕ ਵਾਰੀ ਆ ਕੇ ਆ ਮਿਲੋ। ਜਿਹੜੇ ਜੱਜ ਸਾਹਿਬ ਆਏ ਕੀ ਬਿਆਨ ਦਿੱਤੇ ਜੀ ਉਹਨਾਂ ਨੂੰ? ਉਹਨਾਂ ਨੂੰ ਅਸੀਂ ਬਿਆਨ ਇਹੋ ਦਿੱਤੇ ਆ ਵੀ ਇਹਦੀ ਸੱਟਾਂ ਲੱਗੀਆਂ ਜੀ, ਸਾਨੂੰ ਕਾਰਵਾਈ ਹੋਣੀ ਚਾਹੀਦੀ ਇੱਥੇ। ਤੁਸੀਂ ਹੁਣ ਜਿਹੜੀ ਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੋ? ਅਸੀਂ ਵੀ ਇਨਸਾਫ ਮਿਲਣਾ ਚਾਹੀਦਾ ਜੀ ਸਾਨੂੰ। ਠੀਕ। ਜਰਨੈਲ ਸਿੰਘ ਨਾਮ। ਇਹ ਜਿਹੜੀ ਲੜਕੇ ਦੀ ਡੈਥ ਹੋਈ ਆ ਕਿੱਥੋਂ ਦਾ ਨਿਵਾਸੀ ਸੀ ਅਤੇ ਕੀ ਗੱਲਬਾਤ ਹੋਈ ਆ ਜਿਹੜੀ? ਇਹ ਪਿੰਡ ਨਾਰਲਾ ਦਾ ਹੀ ਰਹਿਣ ਵਾਲਾ ਸੀ ਜੀ, ਅਤੇ ਅੱਜ ਤੋਂ ਕੁਛ ਦਿਨ ਪਹਿਲਾਂ ਰੋਨਾ ਦਾ ਜਿਹੜਾ ਚੱਕਰ ਚੱਲਣ ਡਿਆ ਸੀ ਇਹਦਾ ਕਰਕੇ ਇਹਨਾਂ ਨੂੰ ਪੱਟੀ ਤੋਂ ਸ਼ਿਫਟ ਕਰਕੇ ਅਤੇ ਮੁਕਤਸਰ ਦੀ ਜੇਲ੍ਹ ਦੇ ਵਿੱਚ ਭੇਜਿਆ ਗਿਆ ਸੀ। ਉੱਥੇ ਕੁਛ ਕੁ ਦਿਨ ਪਹਿਲਾਂ ਇਹਨਾਂ ਦਾ ਕੋਈ ਮਾੜਾ ਮੋਟਾ ਦਾਤੇ ਕੋਈ ਝਗੜਾ ਹੋਇਆ ਹੈ, ਅਤੇ ਹੁਣ ਇਹਨਾਂ ਨੇ ਕੱਲ੍ਹ ਪਰਸੋਂ ਇਹਨਾਂ ਨੂੰ ਕੋਈ ਫੋਨ ਆਇਆ ਇੱਥੋਂ ਘਰਦਿਆਂ ਨੂੰ ਵੀ ਇਹਦਾ ਆਣ ਕੇ ਅਤੇ ਪਤਾ ਪਤਾ ਲੈ ਲਓ ਦਿਮਾਗੀ ਹਾਲਤ ਇਹਦੀ ਸਹੀ ਨੀਗੀ। ਪਰ ਦਿਮਾਗੀ ਹਾਲਤ ਬਿਲਕੁਲ ਇਹਦੀ ਸਹੀ, ਪਹਿਲਾਂ ਫੋਨ ਇਹਦਾ ਆਉਂਦਾ ਰਿਹਾ ਕੋਈ ਦਿਮਾਗੀ ਹਾਲਤ ਇਹਦੀ ਖਰਾਬ ਨਹੀਂ, ਬਿਲਕੁਲ ਸਹੀ ਸੀ। ਇਹ ਤਾਂ ਅੰਦਰ ਹੀ ਪਤਾ ਨਹੀਂ, ਇਹ ਜੇਲ੍ਹ ਪ੍ਰਸ਼ਾਸਨ ਨੂੰ ਪਤਾ ਹੋਊਗਾ ਜਾਂ ਅੰਦਰ ਕੀ ਪਤਾ ਹੋਊਗਾ ਜੋ ਵੀ ਇਹਦੇ ਨਾਲ ਬੀਤਿਆ, ਅਤੇ ਇਹ ਪ੍ਰਸ਼ਾਸਨ ਹੀ ਸਭ ਕੁਝ ਵੇਖ ਸਕਦਾ। ਤੁਹਾਨੂੰ ਕੋਈ ਕਤਲ ਦਾ ਸ਼ੱਕ ਹੈ ਇਹਦੇ 'ਤੇ? ਸਾਨੂੰ ਇਹਦੇ 'ਤੇ ਕਤਲ ਦਾ ਸ਼ੱਕ ਆ ਵੀ ਇਹਦੇ ਖੱਬੀ ਵੱਖੀ ਦੇ ਵਿੱਚ ਕੋਈ ਤੇਜ਼ ਧਾਰ ਹਥਿਆਰ ਵੱਜਾ ਹੈ, ਇੱਕ ਇਹਦੇ ਸਿਰ ਦੇ ਵਿੱਚ ਵੀ ਪਿਛਲੇ ਪਾਸੇ ਸੱਟ ਲੱਗੀ ਹੈ। ਕਿਸ ਤਰ੍ਹਾਂ ਦੀ ਜਿਹੜੀ ਪ੍ਰਸ਼ਾਸਨ ਤੋਂ ਮੰਗ ਕਰਦੇ? ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕਰਦੇ ਹਾਂ ਵੀ ਇਹਨੂੰ ਜਿਹੜਾ ਪਰਿਵਾਰ ਆ ਬਿਲਕੁਲ ਇਹਦੀ ਇਸ ਟਾਈਮ 'ਤੇ ਮਾਤਾ ਹੀ ਇਕੱਲੀ ਰਹਿ ਗਈ ਆ, ਇਹਨੂੰ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕਰਦੇ ਹਾਂ ਵੀ ਇਹਨੂੰ ਇਨਸਾਫ ਦਵਾਇਆ ਜਾਵੇ। ਜਿਹੜੇ ਵੀ ਬੰਦੇ ਨੇ ਇਹਦਾ ਕਤਲ ਕੀਤਾ ਉਹਦੇ 'ਤੇ ਪਰਚਾ ਦਰਜ ਹੋਣਾ ਚਾਹੀਦਾ ਵਾ, ਅਤੇ ਅਸੀਂ ਇਹੋ ਹੀ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਜਿਹੜੇ ਬੰਦੇ ਜੇਲ੍ਹਾਂ ਦੇ ਵਿੱਚ ਆ ਜੇ ਅੱਜ ਉਹਨਾਂ ਦੇ ਵੀ ਕਤਲ ਹੋਣ ਡੇ ਪਏ ਅਤੇ ਬਾਹਰ ਦੇ ਬੰਦਿਆਂ ਦੇ ਕਤਲ ਹੋਣੋਂ ਸਰਕਾਰ ਕਿਸ ਤਰ੍ਹਾਂ ਡੱਕ ਸਕਦੀ ਆ। ਜੇ ਇਹੋ ਹੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਤੋਂ ਮੰਗ ਕਰਦੇ ਹਾਂ ਵੀ ਇਸ ਬੰਦੇ ਦੇ ਜਿਨ੍ਹਾਂ ਨੇ ਕਤਲ ਕੀਤਾ ਵਾ ਉਹਨਾਂ ਬੰਦਿਆਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਅਤੇ ਇਸ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ। ਠੀਕ ਸਰ। ਇਹ ਜਿਹੜਾ ਲੜਕਾ ਜੀ ਦੀ ਡੈਥ ਹੋਈ ਆ ਇਹ
ਕਿੱਥੋਂ ਦਾ ਰਹਿਣ ਵਾਲਾ ਸੀਗਾ? ਇਹ ਪਿੰਡ ਲਾਲੇ ਤੋਂ ਜੀ। ਕਿਸ ਤਰ੍ਹਾਂ ਇਹਦੀ ਜਿਹੜੀ ਉਹ ਡੈਥ ਹੋਈ ਆ? ਇਹਦੀ ਡੈਥ ਕੁਝ ਟਾਈਮ ਤੋਂ ਪਹਿਲਾਂ ਨਾ ਇਹ ਇੱਥੇ ਪੱਟੀ ਜੇਲ੍ਹ ਦੇ ਵਿੱਚ, ਬਾਅਦ ਦੇ ਵਿੱਚ ਮੁਕਤਸਰ ਸਾਹਿਬ ਇਹਨਾਂ ਨੂੰ ਸ਼ਿਫਟ ਕੀਤਾ ਸਾਰੇ ਪੱਟੀ ਨੂੰ ਜਿੰਨੇ ਕਈ, ਅਤੇ ਜਦੋਂ ਇਹ ਉੱਥੇ ਇਹਨਾਂ ਨੂੰ ਸ਼ਿਫਟ ਕੀਤਾ ਅਤੇ ਕੁਝ ਦਿਨਾਂ ਤੋਂ ਪਹਿਲਾਂ ਇਹਨਾਂ ਨੂੰ ਫੋਨ ਵੀ ਆਏ ਆ, ਹਾਲ ਚਾਲ ਇੱਕ ਦੂਸਰੇ ਦਾ ਪੁੱਛਦੇ ਰਹੇ ਪਰਿਵਾਰ ਦੇ ਮੈਂਬਰਾਂ ਨੂੰ। ਹੁਣ ਆਹ ਕੱਲ੍ਹ ਪਰਸੋਂ ਦਾ ਜਦੋਂ ਇਹਨਾਂ ਦਾ ਕੋਈ ਹੋਈ, ਇਹਨਾਂ ਦੀ ਕੋਈ ਅੰਦਰ ਕੋਈ ਗੱਲਬਾਤ ਜਾਂ ਕਿਸ ਤਰ੍ਹਾਂ ਵੀ ਗਿੰਦੂ, ਉਹ ਜੇਲ੍ਹ ਦੇ ਵਿੱਚੋਂ ਉਹਨਾਂ ਇਹਨਾਂ ਕਹਿ ਕੇ ਭੇਜਿਆ ਵੀ ਮੁੰਡਾ ਤੁਹਾਡਾ ਠੀਕ ਨਹੀਂ ਆ, ਦਿਮਾਗੀ ਤੌਰ 'ਤੇ ਪਰੇਸ਼ਾਨ ਆ ਅਤੇ ਤੁਸੀਂ ਇਹਨੂੰ ਮਿਲ ਕੇ ਜਾਓ। ਅਤੇ ਬਾਅਦ 'ਚ ਇਹਨਾਂ ਜਦੋਂ ਕਹਿੰਦੇ ਵੀ ਚਲੋ ਅਸੀਂ ਆ ਜਾਂਦੇ ਹਾਂ, ਅਤੇ ਨਹੀਂ ਆਇਓ ਨਾ ਤੁਸੀਂ ਉਸ ਤਰ੍ਹਾਂ ਬਿਲਕੁਲ ਠੀਕ ਆ। ਅਤੇ ਬਾਅਦ 'ਚ ਕੱਲ੍ਹ ਦੀ ਗੱਲ ਆ, ਇਹਨਾਂ ਸ਼ਾਮ ਨੂੰ ਪਰਸੋਂ ਦੀ ਗੱਲ ਹੈ, ਸ਼ਾਮ ਨੂੰ ਇਹਨਾਂ ਆਣ ਕੇ ਦੱਸਤਾ ਵੀ ਇਹ ਤੁਹਾਡੇ ਬੰਦੇ ਦੀ ਡੈਥ ਹੋ ਗਈ ਹੈ ਅਤੇ ਪੋਸਟਮਾਰਟਮ ਲਈ ਤੁਸੀਂ ਫਰੀਦਕੋਟ ਆਓ। ਇਹ ਸਾਰਾ ਸਾਨੂੰ ਤਾਂ ਕੋਈ ਚੱਕਰ ਇਹਦੇ ਵਿੱਚ ਪੂਰਾ ਸਮਝ ਨਹੀਂ। ਪਰਿਵਾਰ ਵਾਲਿਆਂ ਦਾ ਕਹਿਣਾ ਵੀ ਇਹਦੇ ਜਿਹੜੇ ਸਰੀਰ ਦੇ ਉੱਤੇ ਕਾਫੀ ਸੱਟਾਂ ਨੇ, ਉਹਦੇ ਬਾਰੇ ਕੀ ਕਹਿਣਾ? ਉਹਦੇ ਬਾਰੇ ਤਾਂ ਇਹੋ ਕਹਿਣਾ ਵੀ ਚਲੋ ਜੋ ਵੀ ਹੋਇਆ ਮਾੜਾ, ਅਸੀਂ ਤਾਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ, ਕੈਪਟਨ ਅਮਰਿੰਦਰ ਸਾਹਿਬ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ ਵੀ ਇਹਦੀ ਜਾਂਚ ਕਰਕੇ ਵੀ ਜਾਣਗੇ ਜੇਲ੍ਹਾਂ ਦੇ ਵਿੱਚ ਵੀ ਜੇ ਬੰਦਾ ਨਹੀਂ ਸੇਫ ਤਾਂ ਫਿਰ ਹੋਰ ਸੇਫ ਵੀ ਕਿਤੇ ਨਹੀਂ ਰਹਿ ਸਕਦਾ। ਹਾਲੇ ਘੜੀ ਇਹ ਅਸੀਂ ਤਾਂ ਉਹਨਾਂ ਘੜੀ ਇਹ ਮੰਗ ਕਰਦੇ ਇਹ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ। ਇੱਕ ਬੋਧਵਾਰ ਦੇ ਨਾਤੇ ਮੈਂ ਸਰਕਾਰ ਤੋਂ ਮੰਗ ਕਰਦਾ ਵੀ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ, ਕਿਉਂਕਿ ਬਹੁਤ ਗਰੀਬ ਪਰਿਵਾਰ ਆ, ਮਾਤਾ ਇਕੱਲੀ ਇਹਨਾਂ ਦੀ ਅਤੇ ਇੱਕੋ ਇਹਨਾਂ ਦਾ ਲੜਕਾ ਜੀ, ਅੱਜ ਆਪਾਂ ਸੰਸਕਾਰ ਲਈ ਜਾ ਰਹੇ ਹਾਂ ਅਤੇ ਅਸੀਂ ਇਹਨੇ ਵੀ ਇਹਨਾਂ ਨੂੰ ਸਾਫ ਹੋ ਜਾਣਾ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈੱਲ ਦਾ ਬਟਨ ਦਬਾਓ।